बस ठीक है। वीर जी वाहगुरु जी का खालसा वाहगुरु जी की फतेह। सारे मेरे वीर भैन भरावां नूं भाई सत श्री अकाल नमस्कार। भाई जी बस हुण तुरन लगे आ मेले वास्ते, पीडीएफ दे मेले दी तैयारी कर ली आ। ट्रैक्टर मगर ट्राली आ भाई, ट्राली अपना समान आ सारा, बिस्तरा वगैरह गा जी पैण वगैरह इंतजाम कराया हुआ। नाल तो 6-7 जाने हुंदे आ जो जाने असीं, ते नाल आ गड्डियां खड़ियां दो, इक इह दोनां दे एनीमल आ, इक गड्डी होर आउंदी आ, तिन्न गड्डियां दे असीं एनीमल लै के जाने आ उत्थे मेले दे विच। ते काफ़ी ਵੱਡਾ ਕੰਮ ਹੋ ਜਾਂਦਾ ਗਾ, ਬਹੁਤ ਜ਼ਿਆਦਾ ਆ। ਟਰਾਲੀ 'ਚ ਦੇਖੋ ਤਰਪਾਲ ਪਾਈ ਆ, ਤਰਪਾਲ ਦੇ ਥੱਲੇ ਮੋਮੀ ਕਾਗਜ਼ ਲਾਇਆ ਬਕਾਇਦਾ ਲਵੀ, ਕਿਉਂ ਕੱਲ੍ਹ ਬਰਸਾਤ ਬਹੁਤ ਪਈ ਆ ਉੱਥੇ, ਅਤੇ ਡਰ ਹੁੰਦਾ ਲਵੀ ਜੇ ਬਰਸਾਤ ਵਗੈਰਾ ਪੈ ਜਾਵੇ ਤਾਂ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਆ। ਅਤੇ ਆਹ ਦੇਖੋ ਟਰਾਲੀ ਦੇ ਸਾਰਾ ਸਮਾਨ ਵਗੈਰਾ ਲੋਡ ਕਰਿਆ ਵੀਰੇ ਯਾਰ, ਬਿਸਤਰਾ ਵਗੈਰਾ ਸਾਰਾ ਕੁਛ। ਕਾਫ਼ੀ ਵੱਡਾ ਕੰਮ ਹੁੰਦਾ ਜੇ ਮੇਲੇ 'ਤੇ ਜਾਣਾ ਹੋਵੇ। ਓਏ ਹੌਲੀ ਜੇ ਆਪਾਂ ਜਿਵੇਂ ਵਿਆਹ ਦੀ ਤਿਆਰੀ ਕਰਦੇ ਹੁੰਦੇ ਹਾਂ, ਐਂ ਤਿਆਰੀ ਕਰਨੀ ਪੈਂਦੀ ਆ। 2-3 ਦਿਨ ਹੋ ਗਏ ਸਾਨੂੰ ਪਹਿਲਾਂ ਗਾਵਾਂ ਨਵਾਉਂਦਿਆਂ ਨੂੰ ਲੱਗਿਆਂ ਨੂੰ, ਉਦੋਂ ਬਾਅਦ ਤੁਸੀਂ ਦੇਖੋ ਫਿਰ ਐਂ ਤਿਆਰੀ ਕਰਨੀ ਪੈਂਦੀ ਹੈ ਪੂਰੀ, ਫਿਰ ਜਾ ਕੇ ਹੁੰਦਾ ਮੇਲੇ ਦਾ ਤਾਮ ਜਾਮ ਫਿਰ ਪੂਰਾ ਹੁੰਦਾ ਗਾ। ਅਤੇ ਪਹਿਲਾਂ ਐਨੀਮਲ ਵਗੈਰਾ ਸੰਟਣੇ ਪੈਂਦੇ ਆ, ਪਹਿਲਾਂ ਤਾਂ ਸਿਲੈਕਟ ਕਰਨਾ ਹੀ ਬਹੁਤ ਔਖਾ, ਐਨੀਮਲ ਸਾਰੇ ਐਨੀਮਲ ਹੀ ਵਧੀਆ ਲੱਗਦੇ ਆਪਾਂ ਨੂੰ। ਫਿਰ ਆਪਾਂ ਟੌਪ ਦੇ ਐਨੀਮਲ ਕੀ ਸਾਰੇ ਟੌਪ ਦੇ ਹੁੰਦੇ ਐਨੀਮਲ, ਬਸ ਜਿਹੜੇ ਹੁਣ ਚੰਗੇ ਲੱਗਦੇ ਸਾਡੇ ਮਨ ਨੂੰ ਉਹ ਲੈ ਚੱਲੇ ਹਾਂ ਹੁਣ ਆਪਾਂ ਮੇਲੇ ਦੇ ਵਿੱਚ। ਬਾਕੀ ਉੱਥੇ ਜਾ ਕੇ ਫੈਸਲਾ ਪਰਮਾਤਮਾ ਦੇ ਹੱਥਾਂ 'ਚ ਵੀ ਕਿਹੜਾ ਆਊ ਜਾਂ ਨਾ ਆਊ, ਬਾਕੀ ਹੁਣ ਲੋਡ ਕਰਦੇ ਐਨੀਮਲ। ਚੱਲ ਤੋਰ ਬਈ ਪਰਤੇ ਟਰੈਕਟਰ। ਖੇਚਲਾ ਬਹੁਤ ਕਰਨੀ ਪੈਂਦੀ ਹੈ ਐਨੀਮਲ ਚੜਾਉਣ ਵੇਲੇ ਬਾਈ, ਸਾਈਡ ਤੇ ਜਮਾ ਕੱਸ ਕੇ ਬੰਨੀ ਦੇਖੀ ਵੀ ਇੱਕ ਵਾਰ ਚੈੱਕ ਕਰ ਲਈ ਜਗਾ ਕੋਈ ਲੱਦੋ ਕੀ ਵੀਰੀ ਵੜਾ ਯਾ ਤੂੰ ਮਸ਼ੀਨ ਕਹਾਣੀ ਅੱਛੀ ਤਰ੍ਹਾਂ ਮੰਨ ਦੇ ਸੀਨ ਕਹਾਣੀ ਔਰ ਗੀਤ ਲੈ ਆ ਲੱਗੇ ਆ ਬਾਈ ਡਾਲਾ ਲਾਉਣਾ ਲੱਤਿਆਂ ਦੋ ਆਪਦੇ ਆਂ ਦਾ ਫਾਰਮ ਤੋਂ ਛੱਡ ਕੇ ਲੈ ਕੇ ਆਈ ਦੀਆਂ ਬਾਈ, ਉੱਥੇ ਜਾ ਕੇ ਪਤਾ ਲੱਗਦਾ ਫਿਰ ਮੇਲੇ ਦੇ ਕੀ ਮਿਲਦਾ ਕੀ ਨਾ। ਆਹ ਤੋਰ ਲਈਆਂ ਬਾਈ ਦੋ ਖੀਰੀਆਂ ਮੈਡਾ ਵੀ ਆਹ ਦੇਖੋ ਵੀਰ ਜੀ ਮੇਲੇ ਵਾਸਤੇ ਤਿਆਰ ਕਰ ਰਹੇ ਹਾਂ ਗਾਂ ਆਪਾਂ, ਗਾਂ ਦੀ ਕਟਿੰਗ ਹੋ ਰਹੀ ਆ। ਇਹ ਵੀਰ ਹਰਿਆਣੇ ਤੋਂ ਆਇਆ ਕਟਿੰਗ ਕਰਨ ਵਾਸਤੇ ਗਾਂ ਦੀ, ਪਹਿਲਾਂ ਵੀ ਆਪਾਂ ਆ ਬੱਚਿਆਂ ਦੀ ਕਟਿੰਗ ਕਰੀ ਆ। ਦੇਖੋ ਕਿੰਨੀਆਂ ਵਧੀਆ ਬੱਚਿਆਂ ਬਣਾਈਆਂ, ਇਹ ਖੀਰੀਆਂ ਬੱਚਿਆਂ ਗਈਆਂ, ਐਚ ਐਫ ਬੱਚੀ ਆ, ਇਹ ਜਰਸੀ ਬੱਚੀ ਆ, ਇਹ ਬੱਚੀ ਹੈਗੀ ਐਕਸੈਸ, ਐਕਸੈਸ ਦਾ ਸੀਮਨ ਸੀਗਾ ਆਪਣਾ ਵਰਲਡ ਵਾਈਡ ਦਾ ਵੀਰੇ। ਅਤੇ ਜਿਹੜੀ ਇਹ ਗਾਂ ਗਈ ਇਹ ਆਪਾਂ 4 ਦੰਦ ਮਿਲਕਿੰਗ 'ਚ ਪਾ ਰਹੇ ਹਾਂ, ਮਿਲਕਿੰਗ ਕੰਪੀਟੀਸ਼ਨ ਨਹੀਂ, 4 ਦੰਦ ਮਿਲਕਿੰਗ ਵਾਲੀਆਂ ਬਰੀਡਿੰਗ ਕੰਪੀਟੀਸ਼ਨ, ਬਰੀਡਿੰਗ ਕੰਪੀਟੀਸ਼ਨ ਵਾਲੀ ਗਾਂ ਇਹ ਤਿਆਰ ਕਰ ਰਹੇ ਹਾਂ ਜਿਹੜੀ ਆਪਾਂ, ਇਹਦਾ ਹਜੇ ਨਵਾਉਣੀ ਹੈ। ਇਸ ਤੋਂ ਬਾਅਦ ਇਹਦਾ ਕੰਪੀਟੀਸ਼ਨ 2 ਵਜੇ ਦੇ ਕਰੀਬ ਆ, ਉਦੋਂ ਪਹਿਲਾਂ ਰੇਡੀ ਕਰ ਦਿਆਂਗੇ ਚਮਕਾ ਕੇ ਗਾਂ ਨੂੰ। ਇਹ ਮੌਕੇ ਦੀ ਗਾਂ ਤਿਆਰ ਕਰਵਾ ਕੇ ਲਿਆਂਦੀ ਆ, ਪਹਿਲਾਂ ਦੂਜੀ ਗਾਂ ਤਿਆਰ ਕਰੀ ਸੀਗੀ, ਫਿਰ ਉਸ ਤੋਂ ਬਾਅਦ ਇਹ ਗਾਂ ਤਿਆਰ ਕਰੀ ਆਪਾਂ। ਅਤੇ ਇਹ ਬਾਈ ਹਰਿਆਣੇ ਤੋਂ ਆ, ਜਿਹੜੇ ਵੀਰ ਗਾਵਾਂ ਨੂੰ ਟ੍ਰਿਮ ਕਰਦੇ, ਕਿਸੇ ਨੇ ਵੀਰ ਨੇ ਕੱਲ੍ਹ ਨੂੰ ਐਨੀਮਲਾਂ ਨੂੰ ਉਹ ਕਰਨਾ ਹੋਵੇ, ਟ੍ਰਿਮਿੰਗ ਵਗੈਰਾ ਕਰਨੀ ਹੋਵੇ ਐਨੀਮਲਾਂ ਦੀ, ਵਾਲ ਵਗੈਰਾ ਕਟਾਉਣੇ ਹੋਣ, ਇਹ ਵੀਰ ਕੋਲ ਜਿਹੜੀ ਕਟਿੰਗ ਵਾਲੀ ਮਸ਼ੀਨ ਆ, ਇਹ ਟਰੈਕਟਰ ਵਾਲੀ ਬੈਂਟਰੀ 'ਤੇ ਆ, ਲਵੀ ਕਰੰਟ ਵਗੈਰਾ ਨਾ ਲੱਗ ਜੇ, ਕਈ ਵਾਰ ਪ੍ਰੋਬਲਮ ਆ ਜਾਂਦੀ ਹੁੰਦੀ ਹੈ ਐਨੀਮਲ ਨੂੰ, ਤਾਂ ਕਰਕੇ ਇਹਦੇ 'ਚ ਕਰੰਟ ਵਗੈਰਾ ਦੀ ਕੋਈ ਗੁੰਜਾਇਸ਼ ਨਹੀਂ ਹੈਗੀ, ਤਾਂ ਇਹ ਇਕੱਲੀ ਬੈਂਟਰੀ 'ਤੇ ਲੱਗੀ ਹੋਈ ਹੈ ਵੀਰੇ। ਇਹ ਵੀਰ ਦਾ ਨਾਮ ਰਾਮ ਕੁਮਾਰ ਆ, ਅਤੇ ਵੀਰ ਦਾ ਨੰਬਰ ਵੀ ਆਪਾਂ ਬੋਲ ਕੇ ਦੱਸ ਦਿੰਦੇ ਹਾਂ। ਕਿਹੜਾ ਪਿੰਡ ਆ ਵੀਰ ਤੇਰਾ? ਗੌਰਗੜ੍ਹ ਪਿੰਡ ਆ, ਕਰਨਾਲ ਜ਼ਿਲ੍ਹਾ। ਵੀਰ ਦਾ ਨਾਮ ਕੀ? ਰਾਮ ਕੁਮਾਰ ਆ। ਅਤੇ ਵੀਰ ਦਾ ਨੰਬਰ ਕਿੰਨਾ ਵੀਰੇ ਬੋਲੀ? 999 11 11 7 2 5 3 8 5 3 8 999 11 7 2 5 3 8 ਇਹ ਵੀਰ ਦਾ ਨੰਬਰ ਆ ਵੀਰੇ। 99 911 72 5 538 5 538। ਕਿਸੇ ਵੀ ਵੀਰ ਨੂੰ ਕੋਈ ਇਸ ਤਰ੍ਹਾਂ ਆਪਣੇ ਐਨੀਮਲਾਂ ਦੇ ਵਾਲਾਂ ਵਗੈਰਾ ਦੀ ਕਟਿੰਗ ਕਰਾਉਣੀ ਹੋਵੇ, ਵੀਰ ਨਾਲ ਕੰਟੈਕਟ ਕਰ ਸਕਦਾ। ਅਗਰ ਕਿਸੇ ਵੀਰ ਨੇ ਆਪਣਾ ਇਹ ਮਸ਼ੀਨ ਵਗੈਰਾ, ਜਿਹੜੀ ਮਸ਼ੀਨ ਨਾਲ ਇਹ ਕਟਿੰਗ ਕਰ ਰਿਹਾ ਬਾਈ, ਇਹ ਵੀ ਆਪਣੀਆਂ ਲੈਣੀਆਂ ਹੋਣ ਤਾਂ ਵੀਰ ਕੋਲ ਅਵੇਲੇਬਲ ਮਿਲ ਜਾਣਗੀਆਂ, ਇਹ ਸਪਲਾਈ ਦੇ ਦਿੰਦੇ ਆ, ਤੁਹਾਡੇ ਕੋਲ ਪਹੁੰਚਦੀ ਕਰ ਦੇਣਗੇ। ਬਹੁਤ ਵਧੀਆ ਮਸ਼ੀਨ ਆ ਵੀਰੇ ਇਹ।
ਆ ਟਰਾਲੀ ਆ ਬਾਈ ਜਿਹੜੀ ਦੇ ਵਿੱਚ ਸੌਵਾਂਗੇ ਵੀਰੇ ਲਾਈਟ ਲੂਟ ਲਾ ਲਈ ਇਹਦੇ ਵਿੱਚ ਹੁਣ 9:30 ਵੱਜ ਗਈ ਰਾਤ ਦੇ 9:30 ਵਜੇ ਤੱਕ ਸਾਥੋਂ ਸਮਾਨ ਸੈੱਟ ਹੋਇਆ ਆ ਐ ਨਹੀਂ ਮਤਲਬ ਹਜੇ ਇੱਕ ਕਾਰ ਰਹਿੰਦੀ ਆਉਣ ਵਾਲੀ ਆ ਰਾਤ ਨੂੰ 4 ਬੱਚੀਆਂ ਗੀਆਂ ਖੜੀਆਂ ਅਤੇ ਇੱਕ ਉਹ ਗਾਂ ਗਈ ਬੀਟ ਦੇ ਵਿੱਚ ਗਲੈਕਸੀ ਸਿਮਨ ਦੀ ਹੈ ਆ ਬੱਸੀ ਐਕਸੈਸ ਦੀ ਹੈ ਜਿਹੜੀ ਆ ਪਹਿਲੇ ਨੰਬਰ 'ਤੇ ਬੱਚੀ ਖੜੀ ਹੈ ਵੀਰੇ ਇਹ ਏ ਬੀ ਐੱਸ ਦਾ ਪਾਇਨਰ ਸੀਮਨ ਸੀਗਾ ਇਹ ਉਸਦੀ ਆ ਪਾਇਨਰ ਦੀ ਏ ਬੀ ਐੱਸ ਦੇ ਦੀ ਵੀਰੇ ਪਹਿਲਾਂ ਜਨੋਮਿਕ ਸੀਮਨ ਆ ਇਹ ਏ ਬੀ ਐੱਸ ਦਾ ਵਧੀਆ ਸੀਮਨ ਆ ਉਹਦੀ ਆ ਇਹ ਅਤੇ ਜਿਹੜੀ ਆ ਦੂਜੇ ਨੰਬਰ 'ਤੇ ਆ ਇਹ ਅਥਰਵ ਸੀਮਨ ਸੀਗਾ ਇਹ ਸੀਗਾ ਬੈਫ ਦਾ ਅਥਰਵ ਇਹ ਅਥਰਵ ਸੀਮਨ ਦੀ ਬੱਚੀ ਹੈ ਵੀਰੇ ਅਤੇ ਜਿਹੜੀ ਉਹ ਬੈਠੀ ਹੈ ਇਹ ਜਰਮਨ ਦਾ ਸੀਮਨ ਸੀ 20193 ਉਸਦੀ ਹੈ ਵੀਰੇ ਅਤੇ ਆਹ ਐਕਸੈਸ ਸੀਮਨ ਦੀ ਆ ਅਤੇ ਉਹ ਗਲੈਕਸੀ ਦੀ ਹੈ ਵੱਡੀ ਇੱਕ ਐਨੀਮਲ ਸਾਡਾ ਆਉਣ ਵਾਲਾ ਰਹਿੰਦਾ ਅਜੇ ਉਹ ਰਾਤ ਨੂੰ ਅਜੇ ਘੰਟੇ ਤਾਈਂ ਆਊਗਾ 9:30 ਵਜੇ ਦਾ ਟਾਈਮ ਆ ਹੁਣ ਕਸੀਟੋ ਆਇਆ ਫਿਰਦਾ ਦੇਖ ਲਓ ਇੱਧਰ ਬਾਬੂ ਰਾਮ ਜੀ ਪਹੁੰਚੇ ਹੋਏ ਆ ਉਹ ਆਪਣਾ ਗੁਰਪ੍ਰੀਤ ਸਿੰਘ ਜੀ ਪਹੁੰਚਿਆ ਹੋਇਆ ਖਾਲਸਾ ਅਤੇ ਬਾ 7-8 ਜਾਣਿਆਂ ਨੂੰ ਆਉਣਾ ਪੈਂਦਾ ਬਾਈ ਨਾਲ ਫਿਰ ਕੰਮ ਕੰਟਰੋਲ ਆਉਂਦਾ ਨਹੀਂ ਨਹੀਂ ਆਉਂਦਾ ਬਾਕੀ ਇੱਥੇ ਆ ਟੈਂਟ ਲੱਗੇ ਹੋਏ ਸਾਰੇ ਦੇਖ ਲਓ ਬਾਈ ਉੱਧਰ ਸ਼ੈੱਡ ਸਾਰੇ ਬੁੱਕ ਹੋ ਗਏ ਸਾਡੇ ਆਉਣ ਤੱਕ ਬਾਈ ਸਾਨੂੰ ਟੈਂਟਾਂ ਜਗ੍ਹਾ ਮਿਲੀ ਇੱਧਰ ਰਾਤ ਨੂੰ ਬਾਰਿਸ਼ ਆ ਜਾਏ ਤਾਂ ਬਹੁਤ ਔਖਾ ਹੋ ਜੂਗਾ ਆਪਦੀ ਫਿਰ ਪੱਲੜ ਵਗੈਰਾ ਦਾ ਪ੍ਰਬੰਧ ਕਰਨਾ ਪੈਂਦਾ ਗਾ ਆਹ ਟਰੈਕਟਰ ਖੜ੍ਹਾ ਇੱਧਰ ਆਪਾਂ ਸਾਈਲੇਜ ਵਾਲੀਆਂ ਇਕੱਠਾ ਰੱਖੀਆਂ ਹੋਈਆਂ ਆਪਦੀਆਂ ਆਹ ਸਾਈਲੇਜ ਪਿਆ ਆਹ ਵੀ ਆਪਣੇ ਕੋਲ ਤੰਬੂ ਆਹ ਵੀ ਆਪਣੇ ਕੋਲ ਤੰਬੂ ਆ ਬਾਈ ਬਾਕੀ ਫ੍ਰੀ ਬਹੁਤ ਪਏ ਆ ਬਾਈ ਜ਼ਿਆਦਾ ਤੰਬੂ ਲਾਤੇ ਸੀ ਬਾਰਿਸ਼ ਕਰਕੇ ਅਚਰ ਇਹਨਾਂ ਨੇ ਅਰੇਂਜਮੈਂਟ ਵਧੀਆ ਕੁੱਲ ਮਿਲਾ ਕੇ ਕੁਛ ਠੰਡ ਲੱਗਦੀ ਹੈ ਇਹਨੂੰ ਬਾਈ ਜਿੱਪੇ ਇਹ ਚੱਲੇ ਆ ਬਾਈ ਕੰਪੀਟੀਸ਼ਨ 'ਚ ਔਲ ਖਡੈਰੀ ਫਾਰਮ ਦੀਆਂ ਬੱਚੀਆਂ ਹੋਣਾ ਤੁਹਾਨੂੰ ਪਤਾ ਜਿੱਤ ਹਾਰ ਤਾਂ ਕਿਤੇ ਜੱਜਾਂ ਦੇ ਹੱਥ ਆ ਜੱਜ ਹੀ ਫੈਸਲਾ ਕਰਨੇ ਕਿਉਂ ਉੱਥੇ 40-50 ਆਈਆਂ ਹੋਣੀਆਂ ਬੱਚੀਆਂ ਉੱਥੇ ਤਾਂ ਜੱਜ ਦਾ ਫੈਸਲਾ ਹੀ ਮੰਨਿਆ ਜਾਊ ਬਾਈ ਸਾਰੇ ਹੀ ਜਿੱਤਣ ਵਾਸਤੇ ਆਉਂਦੇ ਆ ਚਲੋ ਬਾਈ ਚੱਲੀਏ ਫਿਰ ਲੈ ਕੇ ਇੱਧਰ ਦੀ ਚੱਲ ਬਾਈ ਸੰਦੀਪ ਉਹ ਇੱਧਰ ਦੀ ਸਪੀਕਰ ਲੱਗਿਆ ਕਹਿੰਦਾ ਤੰਗ ਕਰਦੇ ਨਾਲ ਜਾ ਬਰਤਪਾਲ ਮੈਂ ਅਸੀਂ ਇੱਧਰ ਦੀ ਹੋਣੇ ਆਪਾਂ ਇਸ ਬਾਰੇ ਡੋਮ ਬਣਾਇਆ ਬਾਈ ਜੀ ਇਹ ਕੰਪੀਟੀਸ਼ਨ ਵਾਸਤੇ ਜਿਹੜਾ ਵਾਈਟ ਵਾਈਟ ਇਹਦੇ ਅੰਦਰ ਕੰਪੀਟੀਸ਼ਨ ਹੋਣਾ ਜੇ ਬਾਰਿਸ਼ ਆ ਗਈ ਬਾਈ ਜੀ ਅੱਜ ਜਿਹੜਾ ਪਹਿਲਾ ਕੰਪੀਟੀਸ਼ਨ ਸ਼ੁਰੂ ਹੋ ਰਿਹਾ ਪੀ ਡੀ ਐੱਫ ਏ ਦਾ ਖੀਰੀਆਂ ਬਹਿੜਾਂ ਦਾ ਇਹ 3 ਜ਼ਿਲ੍ਹਿਆਂ ਦਾ ਕੰਪੀਟੀਸ਼ਨ ਸ਼ੁਰੂ ਹੋ ਰਿਹਾ ਹੈਗਾ ਰੋਪੜ ਲੁਧਿਆਣਾ ਅਤੇ ਨਵਾਂ ਸ਼ਹਿਰ 30 ਦੇ ਗਰੀਬ ਬੱਚੀਆਂ ਆਈਆਂ ਪਹਿਲਾ ਸੈਮੀਫਾਈਨਲ ਆਏ ਅੱਜ ਜੱਜਮੈਂਟ ਕਰ ਰਹੇ ਜੱਜ ਵੀਰ ਦੇਖੋ ਦੁਬਾਰੇ ਫਿਰ ਰਾਊਂਡ ਕਰ ਰਿਹਾ ਦੂਜਾ ਰਾਊਂਡ ਲਾ ਰਹੇ ਹੈ ਹੁਣ ਨੰਬਰ ਲਿਖ ਰਿਹਾ ਗਾਵਾਂ ਦੇ ਜਿਹੜੀਆਂ ਜਿਹੜੀਆਂ ਸਿਲੈਕਟ ਕਰਨੀਆਂ ਉਹਨਾਂ ਦੇ ਨੰਬਰ ਲਿਖ ਲੈਣਗੇ ਬਾਕੀ ਬਾਹਰ ਕੱਢ ਦੇਣਗੇ ਸਾਰੀਆਂ ਹਾਂ ਸੰਦੀਪ ਇੱਧਰ ਨੂੰ ਦੇਖ ਬਾਈ ਇਹ ਵੀਰ ਜੀ ਔਲ ਖਡੈਰੀ ਫਾਰਮ ਦੀਆਂ ਬੈਠਾ ਗਈਆਂ ਸੰਦੀਪ ਅਤੇ ਗੁਰਪ੍ਰੀਤ ਕੋਲ ਆ ਏਕਮ ਕੋਲ ਆ ਅਜੇ ਇਹ ਸੈਕਿੰਡ ਸੈਮੀਫਾਈਨਲ ਹੋ ਰਿਹਾ ਹੈਗਾ ਖੀਰੀਆਂ ਬੈਠਾਂ ਦਾ ਅਜੇ ਜੱਜ ਸਾਹਿਬਾਨ ਆਏ ਨੀਗੇ ਬਾਈ ਸਾਰੀਆਂ ਬੈਠੀਆਂ ਟੌਪ ਦੀਆਂ ਆਈਆਂ ਹੋਈਆਂ ਗੀਆਂ ਇੱਥੇ ਖੀਰੀਆਂ ਬੈਠਾਂ ਸਾਰੀਆਂ 3 ਜ਼ਿਲ੍ਹਿਆਂ ਦੇ ਕੱਲ੍ਹ ਹੋ ਗਏ ਸੀ ਬਾਕੀ ਜ਼ਿਲ੍ਹਿਆਂ ਦੇ ਅੱਜ ਆ ਬਸ ਠੀਕ ਆ ਜੱਜਮੈਂਟ ਕਰ ਰਿਹਾ ਬਾਈ ਜੱਜ ਖੀਰੀਆਂ ਬੜਾ ਜੱਜਮੈਂਟ ਕਰ ਰਿਹਾ
दो जजा फॉरन तो आए हुए है सवेर का टाइम रात पे सीगे सवेरे किवें रहना पैंदा मेले के उपर जिवें हुण ट्राली दे विच पैंदे सी हुण कल बरसात भी होई गई आ मौसम भी देखो धुंद किन्नी आ वीरे हुण लाइटां वगैरह का प्रबंध जरूर हैगा ट्राली च भी लाइट वगैरह लाई आ प्रबंध करके लिया सी उपर मोमी कागज वगैरह पा के ते हुण आ सवेर दे 4:30-5 वजण वाले आ हुण उठे सीगे 4 बजे ते आए ट्राली रात कट्टनी पैंदी आ काफ़ी थोड़िया जी तकलीफा तो झलनिया पैदा खाई तो आँदी है जरूर मेले च एक अद्धे बंदे का काम भी नहीं भी चार पाँच मतलब लड़न आना चार पाँच बंद आना चाहिए ए नहीं मतलब बैठे देखो बाकी जिन्ना आप इंतजाम करके लिया सकते हैं आपके वालों मेले के उन्ना ही बहुत चंगा होंगे सारा समान वगैरह जी साधन वगैरह ट्रैक्टर ट्राली ना मोटरसाइकिल हो चाहे गड्डी हो जे गड्डी है नहीं किसी को मोटरसाइकिल लेके आओ क्यों इतने बाहर अंदर कोई समान लिया पैदा उसकी लोड बहुत रही है तो रात अपने को घट्टो घट्ट 12 जने तो फिर प्रबंध कर सारे का पैन वगैरह का भी बहुत वधिया इतने टेंट लगे हुए है टेंट के बच्चे सोना हो फिर प्रबंध होंगे गा भी यार 10 जने से घट्टो घट टेंट च पे आ 4-5 जने अ ट्राली च पे आ बई एकम सिंह भी उठ खड़ा सवेरे सवेरे सारे शांति है पूरी देखो टेंटा वगैरह दे विच कोई सारे ने कवर करके क्यों ठंड बहुत ज्यादा है यार मेले दे विच ये सवेर का टाइम है भाई मेले का ये जिहड़ी आपां वीडियो वगैरह बना रहे हैं वीरे ये सारी मेले की कवरेज हाँ जी वीर जी ये PDFA इंटरनेशनल डेयरी एग्री एक्सप्रो 2024 स्टार्टिंग होंगी है ये PDFA फार्मर एसोसीएशन के सामने मैंबर जी ने बनना चाहता सामने वड्डी स्टॉल लगी हुई सी इन्हां दी वीरे साइड ते इन्हां दीआं स्नैप्स वगैरह जिहड़े एग्जीक्यूटिव जिहड़े PDF मेले ते सारा कंट्रोल करते आ सारी देखरेख करते आ फार्मर ही आ सारे एक एग्जीक्यूटिव कमेटी है सारी PDFA की भीरे उदू बाद जोड़े मंत्री वगैरह ने आना सी VIP लौंग वगैरह बनाए सके
ਇਹ ਸਕਰੀਨ ਵਗੈਰਾ ਲਾਈ ਹੋਈ ਸੀਗੀ ਉੱਪਰ ਦੇਖਣ ਵਾਸਤੇ ਜਿਹੜੇ ਜਿਨ੍ਹਾਂ ਨੇ ਇੱਥੋਂ ਬੈਠ ਕੇ ਮੇਲਾ ਦੇਖ ਸਕਦੇ ਸੀ ਕੰਪੀਟੀਸ਼ਨ ਵਗੈਰਾ ਬਾਕੀ ਆ ਸਟਾਲਾਂ ਲੱਗੀਆਂ ਹੋਈਆਂ ਸੀ ਸਾਰੀਆਂ ਵੀਰੇ ਰਸ ਬਹੁਤ ਸੀਗਾ ਸਟਾਲਾਂ ਦੇ ਵਿੱਚ ਵੀਰੇ ਆਹ ਦੇਖੋ ਕੰਬਾਈਨ ਵਗੈਰਾ ਦੇ ਸਾਰੀਆਂ ਅੱਡ ਅੱਡ ਮੱਕੀ ਕੁਤਰਨ ਵਾਲੀ ਸਾਈਲੇਜ ਵਾਲੀਆਂ ਬਣਾਉਣ ਸੁੱਕੀ ਮੱਕੀ ਕਟਾਈ ਇਹਦਾ ਰੇਟ ਪੁੱਛਿਆ ਜੀ ਹਰੇਕ ਤਰ੍ਹਾਂ ਦੀ ਉੱਥੇ ਮਸ਼ੀਨ ਸੀ ਆਹ ਹੜੰਬੇ ਵਗੈਰਾ ਭਰਤ ਵਾਲਿਆਂ ਦੀ ਹਰੇਕ ਤਰ੍ਹਾਂ ਦੇ ਡੈਰੀ ਨਾਲ ਰਿਲੇਟਡ ਸਮਾਨ ਸਾਰਾ ਸੀਗਾ ਉੱਪਰ ਗਾਹਾਂ ਅੰਦਰ ਵੱਡੇ ਡੋਮ ਵਾਲੇ ਸੀਮਨ ਵਾਲੇ ਅਲੱਗ ਅਲੱਗ ਡੈਰੀ ਦਾ ਸਮਾਨ ਮਿਲਦਾ ਸੀ ਉੱਥੇ ਹਜੇ ਮੈਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਵੀਰੇ ਉੱਥੇ ਵੀ ਰਸ਼ ਬਹੁਤ ਜ਼ਿਆਦਾ ਸੀਗਾ ਇਹ ਮੈਂ ਥੋੜ੍ਹਾ ਜਿਹਾ ਲੇਟ ਬਣਾਉਣ ਲੱਗਿਆ ਸ਼ਾਮ ਦੇ ਟਾਈਮ ਰਸ਼ ਘੱਟ ਚੁੱਕਿਆ ਸੀਗਾ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਹੈਗਾ ਬਾਕੀ ਇਹ ਵੀਰ ਆ ਜਿਹਨੇ ਮੈਨੂੰ ਸਨਮਾਨਿਤ ਕਰਿਆ ਸੀ ਜਿਹਨੇ ਆਪਣੇ ਵੀਡੀਓ ਦੇਖ ਕੇ ਡੈਰੀ ਫਾਰਮ ਸ਼ੁਰੂ ਕਰਿਆ ਇਹ ਵੀਰ ਜੀਰੇ ਤੋਂ ਆ ਇਹ ਵੀਰ ਨੇ ਆਪਾਂ ਨੂੰ ਉੱਥੇ ਸਨਮਾਨਿਤ ਕਰਿਆ ਸੀ ਬਾਈ ਅਤੇ ਆਹ ਵੱਛੀ ਆਪਣੀ ਜਿਹੜੀ ਫਿਫਥ ਪੋਜੀਸ਼ਨ 'ਤੇ ਆਈ ਆ ਕੰਪੀਟੀਸ਼ਨ ਬਰੀਡਿੰਗ ਦੇ ਵਿੱਚ ਖੀਰੀ ਵੱਛੀ ਆ ਵੀਰੇ ਇਹ ਹਾਂਜੀ ਵੀਰ ਜੀ ਹੁਣ ਆਪਾਂ ਵੀਡੀਓ ਐਂਡ ਕਰਦੇ ਹਾਂ ਜ਼ਿਆਦਾ ਤੋਂ ਜ਼ਿਆਦਾ ਆਪਣਾ ਚੈਨਲ ਲਾਈਕ ਅਤੇ ਸਬਸਕ੍ਰਾਈਬ ਕਰੋ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।